ਕੀ ਹਰਮਨ ਯਾਰ, ਵੀ ਆਰ ਐਜੂਕੇਟਡ ਪੀਪਲ, ਤੁਸੀਂ ਕੀ ਵਾਰ ਵਾਰ ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਲੋਕਾਂ ਨੂੰ ਤੰਗ ਕਰ ਰਹੇ ਹੋ, ਖੁਦ ਵੀ ਤੰਗ ਹੋ ਰਹੇ, ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਕਿਉਂ ਨਹੀਂ ਆ ਜਾਂਦੇ? ਪਤਾ ਕੀ ਯਾਰ, ਮੈਨੂੰ ਵੀ ਕਈ ਵਾਰ ਇੱਦਾਂ ਹੀ ਫੀਲ ਹੁੰਦਾ। ਛੱਡੋ ਯਾਰ, ਆਪਣਾ ਖਾਓ ਪੀਓ ਚਿੱਲ ਕਰੋ। ਨਹੀਂ ਯਾਰ, ਐਜ਼ ਪਰ ਗਵਰਨਮੈਂਟ ਰੂਲਸ ਰੈਗੂਲੇਸ਼ਨ ਦੇ ਅਕੋਰਡਿੰਗ ਕਿਸੇ ਧਾਰਮਿਕ ਥਾਂ ਤੇ ਵੈਪਨਸ ਲੈ ਕੇ ਬਹਿਣਾ ਪੋਸੀਬਲ ਕਿਵੇਂ ਹੋ ਸਕਦਾ? ਹੁਣ ਦੇਖੋ ਯਾਰ, ਆ ਬੰਦਾ ਫ੍ਰੀ ਬੈਠਾ ਵਾ, ਉਸ ਉਹ ਬੰਦੇ ਕੋਲ ਇਹ ਚੀਜ਼ਾਂ ਲਈ ਟਾਈਮ ਨਿਕਲ ਸਕਦਾ। ਹੁਣ ਜਿੱਦਾਂ ਅਸੀਂ ਪੜ੍ਹੇ ਲਿਖੇ ਅਸੀਂ ਆਪਣੇ ਕੰਮ ਕਾਰ ਵੀ ਵੇਖ ਰਹੇ, ਹਰ ਬੰਦਾ ਆਪਣੇ ਕੰਮ ਕਾਰਾਂ 'ਚ ਬਿਜ਼ੀ ਹੁੰਦਾ, ਉਹ ਨਹੀਂ ਨਾ ਇਹ ਚੀਜ਼ ਲਈ ਟਾਈਮ ਕੱਢ ਸਕਦਾ। ਧਰਮ ਧਰਮ ਹੀ ਹੁੰਦਾ ਵੈਸੇ, ਐਂਟੀ ਨੈਸ਼ਨਲ ਚੀਜ਼ ਐਂਟੀ ਨੈਸ਼ਨਲ ਹੀ ਹੈ, ਉਹਨੂੰ ਅਸੀਂ ਨੋਰਮਲ ਨਹੀਂ ਕਹਿ ਸਕਦੇ। ਚਲੋ ਛੱਡੋ ਯਾਰ, ਰੋਜ਼ ਕੋਈ ਨਾ ਕੋਈ ਮਰਦਾ ਹੀ, ਉੱਥੇ ਵੀ ਮਰ ਗਈ ਹੋਣੀ, ਤੁਸੀਂ ਖਾਓ ਪੀਓ ਪੜ੍ਹੋ। ਯੂ ਡੋਂਟ ਨੋ, ਉਹ ਪੋਲੀਟੀਸ਼ੀਅਨ ਸੀ ਜੋ ਸਾਡੇ ਨਾਲ ਪੋਲੀਟਿਕਸ ਖੇਡ ਰਿਹਾ ਸੀ। ਉਹ ਛੱਡੋ ਯਾਰ, ਨਜ਼ਾਰੇ ਲਿਆ ਕਰੋ ਆਪਣੇ, ਆਓ ਪੀਓ ਮੋਚਾ ਲਓ। ਹਾਂ ਯਾਰ, ਬਿਲਕੁਲ ਸਹੀ ਗੱਲ ਆ, ਕਿਹੜੇ ਕੰਮਾਂ 'ਚ ਪਏ ਹੋਏ ਆ, ਆਪਾਂ ਚਿੱਲ ਕਰਨਾ ਚਾਹੀਦਾ। ਹਰਮਨ? ਹਾਂਜੀ ਦੀਦੀ, ਕੀ ਹੋਇਆ? ਮੈਂ ਨਾ ਅੱਜ ਤੁਹਾਡੀਆਂ ਗੱਲਾਂ ਸੁਣੀਆਂ, ਤੁਸੀਂ ਉੱਥੇ ਕਿਹਾ ਕਿ ਵੀ ਆਰ ਐਜੂਕੇਟਡ ਪੀਪਲ, ਪਰ ਮੈਨੂੰ ਅੱਜ ਤੁਹਾਡੀ ਐਜੂਕੇਸ਼ਨ 'ਚ ਹੀ ਘਾਟ ਲੱਗੀ। ਮਤਲਬ? ਤੁਸੀਂ ਆ ਪੜ੍ਹੋ। ਕੀ ਹੋਇਆ, ਬੜੇ ਚੁੱਪ ਜੇ ਬੈਠੇ ਹੋ? ਕੁਝ ਨਹੀਂ, ਥੋੜਾ ਬਾਹਰ ਘੁੰਮ ਕੇ ਆਈਏ, ਤੁਹਾਨੂੰ ਥੋੜਾ ਠੀਕ ਲੱਗੇਗਾ। ਆਜੋ। ਹਰਮਨ, ਆ ਕਿਹੜੀ ਬੁੱਕ? ਇਹ ਨਾ ਮੈਂ ਬੁੱਕ ਪੜ੍ਹ ਰਹੀ ਸੀ, 1984 ਦੇ ਰਿਲੇਟਡ ਆ, ਤੇ ਇਹਦੇ ਵਿੱਚ ਉਸ ਸਮੇਂ ਸਿੱਖਾਂ ਨਾਲ ਜੋ ਜੋ ਹਾਦਸੇ, ਜੋ ਕੁਰਬਾਨੀਆਂ ਹੋਈਆਂ, ਉਹ ਸਭ ਕੁਝ ਇਹਦੇ ਵਿੱਚ ਦੱਸਿਆ ਗਿਆ। ਕੀ ਹੈ ਯਾਰ, ਤੁਹਾਨੂੰ ਹੱਲੇ ਵੀ ਉਦੋਂ ਸਮਝਾਇਆ ਸੀ, ਪਰ ਫਿਰ ਵੀ ਤੁਹਾਡੇ ਦਿਮਾਗ 'ਚ ਗੱਲ ਨਹੀਂ ਪੈਂਦੀ। ਦਿਮਾਗ 'ਚ ਤਾਂ ਗੱਲ ਮੇਰੇ ਹੁਣ ਪਈ ਆ, ਹੁਣ ਮੈਨੂੰ ਸਮਝ ਆਈ ਆ ਇਹਨਾਂ ਸਭ ਕਿਤਾਬਾਂ ਨੂੰ ਪੜ੍ਹ ਕੇ। ਉਸ ਦਿਨ ਨਾ ਮੈਂ ਤੁਹਾਡੀਆਂ ਗੱਲਾਂ ਸਿਰਫ ਮੰਨੀਆਂ ਸੀ, ਪਰ ਸਮਝੀ ਨਹੀਂ ਸੀ। ਸਮਝਣ ਦੇ ਲਈ ਮੈਨੂੰ ਇੱਕ ਸਮਾਂ ਲੱਗਿਆ, ਜਿਹੜਾ ਸਮਾਂ ਮੈਂ ਸਿਰਫ ਇਹਨਾਂ ਕਿਤਾਬਾਂ ਨਾਲ ਬਿਤਾਇਆ।
ਤੇ ਤੁਸੀਂ ਕਹਿੰਦੇ ਸੀ ਨਾ ਮੈਨੂੰ ਕਿ ਭਾਵੁਕ ਨਹੀਂ ਹੋਣਾ ਚਾਹੀਦਾ, ਪਰ ਮੈਂ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਸੱਚਮੁੱਚ ਭਾਵੁਕ ਹੋ ਗਈ। ਮੈਂ ਅਜੇ ਵੀ ਚੀਜ਼ਾਂ ਨੂੰ ਭਾਵੁਕ ਹੋ ਕੇ ਦੇਖ ਲਈ, ਕਿਉਂਕਿ ਮੈਂ ਉਹ ਸਭ ਨਹੀਂ ਜਾਣ ਸਕੀ ਜੋ ਉਸ ਸਮੇਂ ਅਸਲੀਅਤ ਵਿੱਚ ਹੋਇਆ ਸੀ। ਭਾਵੁਕ ਅੱਖਾਂ ਤੇ ਭਰੇ ਗਲੇ ਨਾਲ ਜਵਾਬ ਨਹੀਂ ਦਿੱਤੇ ਜਾ ਸਕਦੇ। ਤੁਹਾਡੀਆਂ ਉਹਨਾਂ ਗੱਲਾਂ ਦਾ ਜਵਾਬ ਅੱਜ ਮੈਂ ਦਊਂਗੀ ਜੋ ਮੇਰੇ ਜ਼ਿਹਨ ਵਿੱਚ। ਤੁਸੀਂ ਕੀ ਕਿਹਾ ਸੀ ਉਸ ਦਿਨ ਕਿ ਵਿਹਲੇ ਬੰਦੇ ਇਹਨਾਂ ਕੰਮਾਂ ਵਿੱਚ ਪੈਂਦੇ ਹੁੰਦੇ ਨੇ? ਕੋਈ ਜਿਹੜਾ ਬੰਦਾ ਫ੍ਰੀ ਬੈਠਾ ਵਾ ਉਹ ਬੰਦੇ ਕੋਲ ਇਹ ਚੀਜ਼ਾਂ ਲਈ ਟਾਈਮ ਨਿਕਲ ਸਕਦਾ? ਹਾਂ, ਅਸੀਂ ਤਾਂ ਵਿਹਲੇ ਹਾਂ। ਅਸੀਂ ਉਸ ਸਮੇਂ ਦੇ ਵਿਹਲੇ ਹਾਂ ਜਦ ਜ਼ੁਲਮਾਂ ਦੀ ਪ੍ਰਧਾਨਗੀ ਹੁੰਦੀ ਸੀ। ਅਸੀਂ ਵਿਹਲੇ ਰਹਿ ਕੇ ਹੀ ਇਹਨਾਂ ਜ਼ੁਲਮਾਂ ਨੂੰ ਠੱਲ ਪਾਈ ਹੈ। ਵਪਾਰੀ ਬੰਦਾ ਸਿਰਫ ਆਪਣੀ ਫਿਕਰ ਕਰਦਾ ਹੈ, ਤੇ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹੜੇ ਸਰਬੱਤ ਦਾ ਭਲਾ ਮੰਗਦੇ। ਹਾਂ ਸੱਚ, ਤੁਸੀਂ ਸ਼ਸਤਰਾਂ ਦੀ ਵੀ ਉਸ ਦਿਨ ਕੋਈ ਗੱਲ ਕੀਤੀ ਸੀ ਨਾ? ਸ਼ਸਤਰ ਸਾਡੀ ਮਰਿਆਦਾ ਹੈ, ਸਾਨੂੰ ਹੁਕਮ ਹੈ ਜਬ ਹਮਰੇ ਦਰਸ਼ਨ ਕੋ ਆਓ ਬਨ ਸੁਚੇ ਤਨ ਸ਼ਸਤਰ ਸਜਾਵੋ। ਇਹ ਸ਼ਸਤਰ ਸਾਡਾ ਹੀ ਇੱਕ ਅੰਗ ਹੈ। ਅਸੀਂ ਇਹਨਾਂ ਸ਼ਸਤਰਾਂ ਨੂੰ ਓਨੀ ਦੇਰ ਤੱਕ ਨਹੀਂ ਤਿਆਗ ਸਕਦੇ ਜਿੰਨੀ ਦੇਰ ਤੱਕ ਸਾਡੀ ਆਪਣੀ ਰੂਹ ਸਾਡੇ ਤੋਂ ਵੱਖ ਨਾ ਹੋ ਜਾਵੇ। ਸ਼ਸਤਰਾਂ ਨੂੰ ਚੁੱਕਣ ਤੋਂ ਲੈ ਕੇ ਚਲਾਉਣ ਤੱਕ ਇੱਕ ਨਿਯਮਿਤ ਮਰਿਆਦਾ ਹੁੰਦੀ ਹੈ। ਇਹ ਸਾਡੀ ਫਿਤਰਤ ਨੂੰ ਆਜ਼ਾਦ ਬਣਾਉਂਦੇ ਨੇ। ਰਾਜਨੀਤੀ ਸਾਨੂੰ ਚੰਗੀ ਤਰ੍ਹਾਂ ਆਉਂਦੀ ਹੈ, ਜਿੰਨੀ ਚੰਗੀ ਤਰ੍ਹਾਂ ਅਸੀਂ ਇਹਨੂੰ ਸਮਝਦੇ ਓਨੀ ਚੰਗੀ ਤਰ੍ਹਾਂ ਅਸੀਂ ਇਹਨੂੰ ਲੜ ਵੀ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਵਿੱਚੋਂ ਇੱਕ ਹੁਕਮ ਹੈ ਰਾਜਨੀਤੀ ਸਿੱਖਣਾ ਅਤੇ ਰਾਜਨੀਤੀ ਪੜ੍ਹਨਾ। ਇਸੇ ਲਈ ਅਸੀਂ ਕਿਸੇ ਵੀ ਰਾਜਨੀਤਿਕ ਚੰਗੁਲ ਦੇ ਵਿੱਚ ਨਹੀਂ ਫਸਦੇ। ਅਸੀਂ ਬਸ ਉਸ ਅਕਾਲ ਪੁਰਖ ਦੀ ਆਰਾਧਨਾ ਕਰਦੇ ਹਾਂ। ਨਾ ਤਾਂ ਅਸੀਂ ਕਿਸੇ ਤੋਂ ਮੱਥਾ ਲਾਉਣ ਤੋਂ ਡਰਦੇ ਹਾਂ, ਅਤੇ ਨਾ ਹੀ ਕੋਈ ਵੱਡੀ ਤੋਂ ਵੱਡੀ ਤਾਕਤ ਹੋਵੇ ਉਹਦੇ ਨਾਲ ਲੜਨ ਤੋਂ ਡਰਦੇ ਹਾਂ। ਅਤੇ ਤੁਸੀਂ ਮਰਨ ਦੀ ਗੱਲ ਕਰਦੇ ਸੀ ਯਾਰ, ਰੋਜ਼ ਕੋਈ ਨਾ ਕੋਈ ਮਰਦਾ ਹੀ, ਉੱਥੇ ਮਰ ਗਏ ਹੋਣੇ, ਦਿਖਾਓ। ਹਾਂ, ਇੱਥੇ ਰੋਜ਼ ਹੀ ਕੋਈ ਨਾ ਕੋਈ ਮਰਦਾ, ਪਰ ਉਸ ਮਰਨ ਤੋਂ ਬਾਅਦ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਨਹੀਂ ਰਿਹਾ ਜਾ ਸਕਦਾ। ਲੋਕਾਂ ਦੇ ਦਿਲਾਂ 'ਚ ਜਿਉਂਦਾ ਰਹਿਣ ਵਾਸਤੇ ਕੰਮ ਵੀ ਉਹੋ ਜਿਹੇ ਕਰਨੇ ਪੈਂਦੇ ਨੇ। ਆਪਣੀ ਮਰਜ਼ੀ ਨਾਲ ਮੌਤ ਦੀ ਹਾਮੀ ਭਰਨਾ ਕੋਈ ਖਾਲਾ ਜਿਹਾ ਵਾੜਾ ਨਹੀਂ ਹੁੰਦਾ। ਆਲਰਾਈਟ, ਹੁਣ ਮੈਂ ਵੀ ਇਹ ਕਿਤਾਬ ਪੜ੍ਹਾਂਗਾ। ਜਿਨ੍ਹਾਂ ਹੱਡਾਂ ਦੀ ਟਹਿਲ ਟਕੋਰ ਕੀਤੀ, ਸਾਡੇ ਖੇਤਾਂ ਨੇ ਸਾਡਿਆਂ ਦਾਣਿਆਂ ਨੇ, ਉਹਨਾਂ ਸਾਡੇ ਹੀ ਤਖ਼ਤ ਅਕਾਲ ਭੰਨੇ, ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ, ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ, ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ, ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ। ਇਹ ਸੰਤਾਪ ਹੰਢਾ ਕੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਕਦੇ ਢਹਿੰਦੀਆਂ ਕਲਾਂ 'ਚ ਨਹੀਂ ਜਾ ਸਕਦੀ। ਤੁਸੀਂ ਸਵਾਲਾਂ ਦੇ ਕਿਲੇ ਬਣਾ ਕੇ ਰੱਖੋ, ਅਸੀਂ ਗਿਆਨ ਦੀ ਖੜਗ ਨਾਲ ਤੁਹਾਡੇ ਕਿਲੇ ਮਲੀਆਂ ਮੇਟ ਕਰ ਦੇਵਾਂਗੇ।